ਹੈਲੋ ਜੀ, ਕਿਸਾਨ ਜਿੰਦਾਬਾਦ। ਆ ਭਗਵੰਤ ਬਾਈ ਦੀ ਵੀਡੀਓ ਆਈ ਹੈਗੀ ਆ ਪਾਰਲੀਮੈਂਟ ਕੁਛ ਇੱਦਾਂ ਕਰਕੇ, ਤੋ ਆ ਲਓ ਮੈਂ ਤੁਹਾਡਾ ਸ਼ੇਅਰ ਕਰਦਾ, ਸੁਣ ਲਓ ਬਾਈ ਨੂੰ ਤੁਸੀਂ ਆਪ ਹੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਤੇ ਮੇਰੇ ਨਾਲ ਯੂਥ ਦੇ ਪੰਜਾਬ ਦੇ ਪ੍ਰਧਾਨ MLA ਬਰਨਾਲਾ ਨੀਤ ਖੇਰ ਜੀ। ਦੋਸਤੋ, ਅੱਜ ਅਸੀਂ ਫਤਿਹਗੜ੍ਹ ਸਾਹਿਬ ਚੱਲੇ ਹਾਂ ਨਤਮਸਤਕ ਹੋਣ ਲਈ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਉੱਥੇ ਨਤਮਸਤਕ ਹੋਣ ਚੱਲੇ ਹਾਂ, ਕੁੱਟਣ ਕੁੱਟਣ ਪ੍ਰਣਾਮ ਕਰਨ ਚੱਲੇ ਹਾਂ ਇਸ ਬੇਮਿਸਾਲ ਸ਼ਹਾਦਤ ਨੂੰ। ਤਾਂ ਰਸਤੇ ਦੇ ਵਿੱਚ ਅਸੀਂ ਘਟਾਬੇ 'ਤੇ ਖੜ੍ਹੇ ਹਾਂ, ਇਸ ਕਰਕੇ ਖੜ੍ਹੇ ਹਾਂ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੰਦੋਲਨ ਕਰ ਰਹੀਆਂ ਨੇ ਇੰਨੀ ਭਾਰੀ ਠੰਡ ਦੇ ਵਿੱਚ, ਦਿੱਲੀ ਦੇ ਬਾਰਡਰ ਘੇਰੇ ਹੋਏ ਨੇ, ਉਹਨਾਂ ਨੇ ਸੱਦਾ ਦਿੱਤਾ ਕਿ ਅੱਜ 11 ਵਜੇ ਪ੍ਰਧਾਨ ਮੰਤਰੀ ਝੂਠੇ ਮਨ ਕੀ ਬਾਤ ਕਰਨਗੇ, ਕਿਉਂਕਿ ਸੱਚੀ ਗੱਲ ਤਾਂ ਉਹ ਕਰਦੇ ਨਹੀਂ, ਝੂਠੇ ਮਨ ਕੀ ਬਾਤ ਕਰਦੇ ਨੇ ਰੇਡੀਓ 'ਤੇ। ਅਤੇ ਜਿੰਨਾ ਚਿਰ ਉਹ ਮਨ ਕੀ ਬਾਤ ਕਰਨਗੇ ਤਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਥਾਲੀਆਂ ਖੜਕਾ ਕੇ, ਤਾਂ ਕਿ ਉਹਨਾਂ ਦੀ ਇਸ ਮਨ ਕੀ ਬਾਤ ਦਾ ਵਿਰੋਧ ਕੀਤਾ ਜਾ ਸਕੇ। ਸੋ ਅਸੀਂ ਇਸ ਕਰਕੇ ਇੱਥੇ ਖੜ੍ਹੇ ਹਾਂ, ਹੁਣੀ 11 ਵਜਣ ਵਾਲੇ ਨੇ, ਤਾਂ ਅਸੀਂ ਸਟਾਰਟ ਕਰਦੇ ਹਾਂ। ਅਸੀਂ ਸਾਥ ਦੇਵਾਂਗੇ ਇਸ ਸੱਦੇ ਦਾ ਜੋ ਕਿਸਾਨਾਂ ਨੇ ਦਿੱਤਾ ਹੈ ਪੂਰੇ ਦੇਸ਼ 'ਚ, ਜਿੱਥੇ ਵੀ ਵੀਡੀਓ ਸੁਣ ਰਹੇ ਹੋ, ਚਾਹੇ 5 ਮਿੰਟ ਲਈ ਸਹੀ, ਇੱਕ ਵਾਰੀ ਜ਼ਰੂਰ ਝੂਠੇ ਮਨ ਕੀ ਬਾਤ ਦਾ ਵਿਰੋਧ ਕਰਨਾ ਔਰ ਉਹਨਾਂ ਦੇ ਕਿਸਾਨਾਂ ਦੇ ਅੰਦੋਲਨ ਦਾ ਸਾਥ ਦੇਣਾ। ਲਓ ਜੀ ਬਾਈ, ਦੇਖ ਲਓ, ਅੱਗੇ ਸ਼ੇਅਰ ਕਰ ਦਿਓ, ਤਾਂ ਕਿ ਜੋ ਵੀ ਹੈਗਾ ਤਾਂ ਸਾਰੇ ਕਰੋ ਪਲੀਜ਼। ਪ੍ਰਧਾਨ ਮੰਤਰੀ ਜੀ, ਤੁਸੀਂ ਆਪਣੇ ਮਨ ਕੀ ਬਾਤ ਬਹੁਤ ਕਰ ਚੁੱਕੇ ਹੋ 6.5 ਸਾਲ ਤੋਂ, ਲੋਕਾਂ ਨੇ ਤੁਹਾਡੇ ਮਨ ਕੀ ਬਾਤ ਪੂਰੀ ਕਰਤੀ 2 ਵਾਰੀ ਪ੍ਰਧਾਨ ਮੰਤਰੀ ਬਣਾ ਕੇ। ਹੁਣ ਦੇਸ਼ ਦੇ ਲੋਕਾਂ ਦੀ ਮਨ ਕੀ ਬਾਤ ਸੁਣੋ, ਦੇਸ਼ ਦੇ ਲੋਕਾਂ ਨੂੰ ਸੁਣੋ, ਕਿਸਾਨਾਂ ਨੂੰ ਸੁਣੋ, ਅੰਨਦਾਤੇ ਨੂੰ ਸੁਣੋ। ਵੀਰੋ, ਅਸੀਂ ਤੁਹਾਡੇ ਨਾਲ ਕਿਸਾਨ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਜੋ ਵੀ ਤੁਸੀਂ ਜਥੇਬੰਦੀਆਂ ਕਾਲ ਦਿਓਗੇ, ਅਸੀਂ ਜਿੱਥੇ ਮਰਜ਼ੀ ਹੋਈਏ ਅਸੀਂ ਤੁਹਾਡਾ ਸਾਥ ਦੇਵਾਂਗੇ, ਬਿਨਾਂ ਕਿਸੇ ਰਾਜਨੀਤੀ ਤੋਂ, ਬਿਨਾਂ ਕਿਸੇ
ਬਿਨਾਂ ਕਿਸੇ ਰਾਜਨੀਤਿਕ ਲਾਭ ਤੋਂ ਜਾਂ ਕੋਈ ਹੋਰ ਗੱਲ, ਅਸੀਂ ਅੱਜ ਮੱਥਾ ਟੇਕਣ ਚੱਲੇ ਹਾਂ, ਸਜਦਾ ਕਰਨ ਚੱਲੇ।